20 बार नेशनल चैंपियन, 4 बार साउथ एशियन गेम चैंपियन, ऑस्ट्रेलिया कप गोल्ड मेडलिस्ट और रुस्त में पाको हिंद का टाइटल हासिल करने वाले, 55 से ज्यादा मुमालिक में पाकिस्तान की नुमाइंदगी करने का एजाज भी हासिल है, उमर भट्ट साहब से मुलाकात करने के लिए गुजरांवाला के अखाड़ा में आए हैं। आइए मिलते हैं उनसे। अस्सलाम वालेकुम जी, उमर भट्ट साहब, क्या हालचाल है आपके? अल्हम्दुलिल्लाह दुआ फर्स्ट क्लास। और सुनाओ, ठीक ठाक हो? अल्हम्दुलिल्लाह, बड़ी मेहरबानी। ਤੇ ਅੱਛਾ, ਪਹਿਲਵਾਨੀ ਜਿਹੜੀ ਹੈ ਇਹਦੇ ਵਿੱਚ ਕਿਹਾ ਜਾਂਦਾ ਕਿ ਗੁਜਰਾਂਵਾਲਾ ਦੀ ਇੱਕ ਪਹਿਚਾਣ ਹੈ, ਮਗਰ ਗੁਜਰਾਂਵਾਲਾ ਦੇ ਲੋਕ ਜਿਹੜੇ ਅੱਜ ਕੱਲ੍ਹ ਨਿਊ ਜਨਰੇਸ਼ਨ ਜਿਹਦੇ ਬਾਰੇ ਤੁਸੀਂ ਦੇਖ ਰਹੇ ਹੋ ਕਿ ਟਿਕਟੋਕ ਵੱਲ ਰੁਝਾਨ ਹੈ, ਸੋਸ਼ਲ ਮੀਡੀਆ ਵਾਲੇ ਪਹਿਲਵਾਨੀ ਵੱਲ ਘੱਟ ਹੀ ਲੋਕਾਂ ਦਾ ਰੁਝਾਨ ਹੈ, ਅਤੇ ਇਹਦੇ ਬਾਰੇ ਕੁਝ ਦੱਸੋ ਜ਼ਰਾ ਲੋਕਾਂ ਨੂੰ। ਦੇਖੋ, ਜਿਉਂ ਜਿਉਂ ਦੁਨੀਆ ਦੇ ਉੱਤੇ ਆਜ਼ਾਦ ਹੋਈ ਜਾ ਰਹੀਆਂ ਨੇ, ਉਹ ਤੂੰ ਤੂੰ ਲੋਕਾਂ ਦਾ ਧਿਆਨ ਸਪੋਰਟਸ ਵੱਲੋਂ ਘੱਟਦੇ ਜਾ ਰਹੇ ਨੇ। ਜੀ ਜੀ, ਅਤੇ ਅਲਹਮਦੁਲਿਲਾ ਗੁਜਰਾਂ ਦੇ ਵਿੱਚ ਹਜੇ ਵੀ ਪਹਿਲਵਾਨਾਂ ਦਾ ਜਿਹੜਾ ਆਪਣਾ ਇੱਜ਼ਤ ਇਹਤਰਾਮ ਬਹੁਤ ਹੈ। ਗੁਜਰਾਂਵਾਲਾ ਵਾਹਿਦ ਸ਼ਹਿਰ ਹੈ ਪਾਕਿਸਤਾਨ ਦਾ ਜਿਹਦੇ ਸਭ ਤੋਂ ਜ਼ਿਆਦਾ ਭਲਵਾਨ ਅਤੇ ਸਭ ਤੋਂ ਜ਼ਿਆਦਾ ਅਖਾੜੇ ਹੁਣ ਵੀ ਮੌਜੂਦ ਨੇ। ਅੱਜ ਤੋਂ 20 ਸਾਲ ਪਹਿਲਾਂ ਜਦੋਂ ਕੇਬਲ ਅਤੇ ਟੈਲੀਵਿਜ਼ਨ ਦਾ ਐਡਾ ਦੌਰ ਨਹੀਂ ਸੀ ਚੈਨਲਾਂ ਦਾ, ਉਦੋਂ ਇੱਥੇ ਸਾਡੀ ਟ੍ਰੇਨਿੰਗ ਵੇਖਣ ਵਾਸਤੇ 2001-2002 ਦੇ ਵਿੱਚ ਆਪਣਾ 2000 ਬੰਦਾ ਸਿਰਫ ਟ੍ਰੇਨਿੰਗ ਵੇਖਣ ਵਾਸਤੇ ਹੁੰਦਾ ਸੀ, ਯਾਨੀ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਹੁੰਦੀ। ਦੰਗਲਾਂ ਦੇ ਉੱਤੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਹੁੰਦੇ ਸਨ। ਜੀ ਜੀ ਜੀ, ਅਤੇ ਜਿਹੜੇ ਪਹਿਲਵਾਨ ਨੂੰ ਵੇਖਣ ਆਉਂਦੇ ਨੇ, ਅੱਜ ਇਹ ਵਕਤ ਆ ਗਿਆ ਕਿ ਟ੍ਰੇਨਿੰਗ ਵੇਖਣ ਵਾਲੇ ਵੀ 2-4-5 ਲੋਕ ਹੁੰਦੇ ਨੇ, ਔਰ ਜਦੋਂ ਦੰਗਲ ਕੋਈ ਹੁੰਦਾ ਹੈ ਫਿਰ ਪਬਲਿਕ ਆਵਾਮ ਜਿਹੜੀ ਹੈ ਉਹ ਸਟੇਡੀਅਮ ਦੇ ਵਿੱਚ ਦੰਗਲ ਜਗ੍ਹਾ 'ਤੇ ਪਹੁੰਚਦੀ, ਉਹ ਵੀ ਗਿਣੇ ਚੁਣੇ ਲੋਕ, ਬਸ ਉਹ ਵੀ ਤਾਦਾਦ ਅੱਗੇ ਨਾਲੋਂ ਅੱਧੀ ਰਹਿ ਗਈ ਹੈ। ਅਤੇ ਇਹ ਮਜ਼ੀਦ ਗੌਰਮੈਂਟ ਨੂੰ ਚਾਹੀਦਾ ਪਾਕਿਸਤਾਨ ਦੀ ਨੂੰ ਕਿ ਇਸ ਫਨ ਨਾਲ ਇਸ ਸ਼ੌਕ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ, ਇਹਨੂੰ ਕਾਇਮ ਰੱਖਣ ਵਾਸਤੇ ਅਖਾੜਿਆਂ ਦੇ ਵਿੱਚ ਬੈਠੇ ਖਲੀਫਿਆਂ ਦੇ ਵਜ਼ੀਫੇ ਲਾਏ ਜਾਣ, ਉਸਤਾਦਾਂ ਦੀਆਂ ਆਪਣਾ ਵਜ਼ੀਫੇ ਲਾਏ ਜਾਣ, ਭਲਵਾਨਾਂ ਦੇ ਬੱਚਿਆਂ ਦੇ ਵਜ਼ੀਫੇ ਲਾਏ ਜਾਣ, ਤਾਂ ਕਿ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਇਹ ਪਹਿਲਵਾਨੀ ਦਾ ਫਨ ਜਿਹੜਾ ਤਾਂ ਹੀ ਜ਼ਿੰਦਾ ਰਹਿ ਸਕਦਾ ਹੈ। ਅੱਛਾ, ਪਾਕਿਸਤਾਨ ਦਾ ਤੁਸੀਂ ਕਹਿ ਰਹੇ ਹੋ ਕਿ ਗੁਜਰਾਂਵਾਲੇ ਦੇ ਵਿੱਚ ਸਭ ਨਾਲੋਂ ਜ਼ਿਆਦਾ ਪਹਿਲਵਾਨ ਜਾਂ ਰੁਝਾਨ ਹੈ ਜੋ ਵੀ, ਮਗਰ ਸੈਕਿੰਡ ਤੁਸੀਂ ਪਾਕਿਸਤਾਨ ਦੇ ਕਿਹੜੇ ਸ਼ਹਿਰ ਨੂੰ ਦਿਓਗੇ ਕ੍ਰੈਡਿਟ ਕਿ ਉੱਥੇ ਵੀ ਪਹਿਲਵਾਨੀ ਦਾ ਕੰਮ ਹੋ ਰਿਹਾ? ਦੂਸਰਾ ਸ਼ਹਿਰ ਕਿਹੜਾ ਪਾਕਿਸਤਾਨ ਦਾ? ਵੇਖੋ ਜੀ, ਪਹਿਲਾਂ ਤਾਂ ਸਭ ਪਾਕਿਸਤਾਨ ਦੀ ਪਹਿਲਵਾਨੀ ਦਾ ਮਰਕਜ਼ ਲਾਹੌਰ ਸੀ ਜੀ। ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ ਪਹਿਲਵਾਨੀ 'ਚ, ਬਹੁਤ ਜ਼ਿਆਦਾ ਲੋਕ ਪਹਿਲਵਾਨੀ ਕਰਨ ਨੂੰ ਛੱਡ ਗਏ। ਉਹ ਇਸ ਟਾਈਮ ਦੂਸਰੇ ਨੰਬਰ 'ਤੇ ਜਿਹੜੇ ਪਹਿਲਵਾਨੀ ਦੇ ਵਿੱਚ ਆਪਣਾ ਜਿਹੜੇ ਸ਼ਹਿਰ ਆਉਂਦੇ ਨੇ ਬਹਾਵਲਪੁਰ ਅਤੇ ਗਿਰਦੋਨਵਾ ਦੇ ਵਿੱਚ ਬਹੁਤ ਜ਼ਿਆਦਾ ਪਹਿਲਵਾਨੀ ਹੈ। ਅੱਛਾ, ਇਹਦੇ ਬਾਰੇ ਪਹਿਲੇ ਮੈਨੂੰ ਇਹ ਦੱਸੋ ਕਿ ਜਿਹੜੇ ਬੱਚੇ ਤੁਸੀਂ ਪਹਿਲਵਾਨੀ ਵਾਸਤੇ ਚੁਣੇ ਜਾਂਦੇ ਨੇ, ਇਹ ਕੋਈ ਸਪੈਸ਼ਲ ਬੱਚੇ ਹੁੰਦੇ ਨੇ ਜਾਂ ਹਰ ਕੋਈ ਬੱਚਾ, ਜਾਂ ਉਹ ਕਿਹੜੀ ਏਜ ਤੋਂ ਸਟਾਰਟ ਹੋ ਸਕਦਾ ਪਹਿਲਵਾਨੀ ਦਾ ਕੰਮ ਜਿਹੜਾ? ਵੇਖੋ ਜੀ, ਪਹਿਲਵਾਨੀ ਦੇ ਵਿੱਚ ਕੋਈ ਸਪੈਸ਼ਲ ਬੱਚਾ ਨਹੀਂ ਚੁਣਿਆ ਜਾਂਦਾ। ਜੀ ਜੀ, ਬੱਚੇ ਹਰ ਕੋਈ ਭਰਾ ਆਪਣੇ ਭਰਾ ਨੂੰ ਲੈ ਕੇ ਆਉਂਦਾ, ਛੋਟੇ ਭਾਈ ਨੂੰ, ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਘੱਲਦੇ ਨੇ। ਜੀ ਜੀ, ਇਹ ਬੱਚਾ ਜਦੋਂ ਕਰਨ ਆਉਂਦਾ 6 ਮਹੀਨੇ ਤੋਂ ਬਾਅਦ ਪਤਾ ਲੱਗਦਾ ਕਿ ਬੱਚਾ ਕਿਸ ਕਾਬਲ ਹੈ ਕਿ ਨਹੀਂ ਹੈ। ਅੱਛਾ ਅੱਛਾ, ਤੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਚੁਣਨਾ ਪਵੇ ਕਿ ਇਹਨੂੰ ਹੀ ਲਿਆਉਣਾ, ਉਹ ਵੀ ਬੱਚੇ ਹੁੰਦੇ ਨੇ, ਉਮਰ ਬਹੁਤ ਘੱਟ ਤਾਦਾਦ ਹੁੰਦੀ ਜਿਹੜੇ ਸ਼ਕਲ ਤੋਂ ਜਿਸਮ ਤੋਂ ਲੱਗਦੇ ਨੇ ਕਿ ਭਲਵਾਨ ਨੇ, ਅਤੇ ਬਾਕੀ ਜਿਹੜੇ ਇਹ ਕਰਨ ਦੇ ਨਾਲ ਜਿਹਨੇ ਕਰਨਾ ਉਹਨੇ ਅੱਗੇ ਲੰਘ ਜਾਣਾ। ਪਹਿਲਵਾਨ ਬਹੁਤ ਜ਼ਿਆਦਾ ਖਾਂਦੇ ਨੇ, ਬੜਾ ਅੱਛਾ ਖਾਂਦੇ ਨੇ। ਪਹਿਲਵਾਨਾਂ ਦਾ ਜ਼ਿਆਦਾਤਰ ਦਾਰੋ ਮਦਾਰ ਦੁੱਧ, ਘਿਓ, ਦੇਸੀ ਘਿਓ, ਮੱਖਣ ਅਤੇ ਗੋਸ਼ਤ ਹੁੰਦਾ। ਜੀ ਜੀ, ਅਤੇ ਇਹ ਚੀਜ਼ਾਂ ਅੱਜ ਕੱਲ੍ਹ ਦੌਰ ਵੇਖੋ ਤੁਸੀਂ, ਪਹਿਲਾਂ ਤਾਂ ਚੰਗੀ ਲੱਭਦੀ ਨਹੀਂ, ਜੇ ਲੱਭੇ ਤਾਂ ਬਹੁਤ ਮਹਿੰਗੀ ਹੈ। ਦੇਖੋ, ਬਦਾਮ ਦੀ ਸਰਦਾਈ ਦਾ, ਬਦਾਮ ਦੀ ਸਰਦਾਈ ਜਿਹੜੀ ਉਹ ਤਾਂ ਰੂਟੀਨ ਨਾਲ ਸਾਰੇ ਭਲਵਾਨ ਟ੍ਰੇਨਿੰਗ ਕਰਨ ਤੋਂ ਬਾਅਦ ਪੀਂਦੇ ਨੇ, ਤਾਂ ਕਿ ਜਿਸਮ ਦੀ ਟ੍ਰੇਨਿੰਗ ਦੀ ਗਰਮੀ ਉਹ ਦੂਰ ਹੋ ਸਕੇ ਅਤੇ ਤਾਕਤ ਆਵੇ ਜਿਸਮ ਦੇ ਵਿੱਚ। ਅੱਛਾ, ਵੇਖਣ ਤੋਂ ਤਾਂ ਮੈਨੂੰ ਐਸਾ ਕੁਝ ਮਹਿਸੂਸ ਨਹੀਂ ਹੋ ਰਿਹਾ, ਮਗਰ ਜਿਮ ਦੇ ਵਿੱਚ ਕੀਤਾ ਜਾਂਦਾ ਕਿ ਲੋਕ ਕਹਿੰਦੇ ਸਟੀਰਾਇਡ ਲੈਂਦੇ ਨੇ ਜਾਂ ਕੋਈ ਸਪਲੀਮੈਂਟ ਹੁੰਦਾ ਹੈ ਇਹਦੇ ਵਾਸਤੇ, ਅਤੇ ਇਹਦੇ ਪਹਿਲਵਾਨੀ ਦੇ ਵਿੱਚ ਦੱਸੋ ਕੋਈ ਐਸੀ ਕੋਈ ਚੀਜ਼ ਦਾ ਸਾਰਾ ਲਿਆ ਜਾਂਦਾ ਜਾਂ ਨਹੀਂ? ਦੇਖੋ, ਪਹਿਲਵਾਨੀ ਜਿਹੜੀ ਹੈ ਉਹ ਸਟੀਰਾਇਡ ਜਾਂ ਮੈਡੀਸਨ ਨੂੰ ਅਸੀਂ ਐਕਸੈਪਟ ਨਹੀਂ ਕਰਦੇ। ਜੀ ਜੀ, ਪਹਿਲਵਾਨੀ ਦਾ ਦਾਰੋ ਮਦਾਰ ਸਾਰਾ ਖੁਰਾਕ ਦੇ ਉੱਤੇ ਵੇ। ਸਾਡੀ ਖੁਰਾਕ ਅਲਹਮਦੁਲਿਲਾ, ਜਿਸ ਭਲਵਾਨ ਨੇ ਰੋਜ਼ ਦਾ 5 ਕਿਲੋ ਦੁੱਧ ਪੀਣਾ, 2 ਕਿਲੋ ਗੋਸ਼ਤ ਖਾਣਾ, ਦੇਸੀ ਘਿਓ ਖਾਣਾ, ਬਦਾਮ ਪੀਣੇ, ਉਹਨੂੰ ਸਟੀਰਾਇਡ ਦੀ ਮੈਡੀਸਨ ਦੀ ਕੀ ਜ਼ਰੂਰਤ ਹੈ? ਇਹਦੇ ਵਕਤੀ ਮਾਹੌਲ ਤਬਦੀਲ ਹੋ ਗਿਆ, ਲੋਕ ਵਹਿੰਦੇ ਨੇ ਬਾਹਰ ਦੇ ਬੰਦਿਆਂ ਨੂੰ, ਬਾਹਰ ਦੇ ਸਪੋਰਟਸਮੈਨਾਂ ਨੂੰ,
ਕਿ ਉਹ ਖਾਂਦੇ ਨੇ ਮੈਡੀਸਨ ਖਾਂਦੇ ਨੇ ਅਸੀਂ ਵੀ ਖਾ ਲਈ ਮਗਰ ਸਾਡਾ ਮੌਸਮ ਨਹੀਂ ਮੈਡੀਸਨ ਵਾਲਾ ਪਹਿਲੋਂ ਇੱਥੇ ਕਿਸੇ ਨੂੰ ਪਤਾ ਨਹੀਂ ਸਾਡੇ ਕੋਈ ਕੁਆਲੀਫਾਈਡ ਡਾਕਟਰ ਨਹੀਂ ਕੁਆਲੀਫਾਈਡ ਬੰਦੇ ਨਹੀਂ ਐਸੇ ਜਿਹੜੇ ਦੱਸ ਸਕਣ ਮੈਡੀਸਨ ਕਿਹੜੀ ਚਾਹੀਦੀ ਹੈ ਸਾਡੇ ਭਲਵਾਨੀ ਦੇ ਵਿੱਚ ਸਾਰਾ ਦਾਰੋ ਮਦਾਰ ਆਪਣੇ ਅੰਦਰ ਨੂੰ ਠੰਡਾ ਰੱਖਾਂਦਾ ਅੱਛਾ ਮੈਡੀਸਨ ਵੀ ਕੰਪੈਟੀਬਲ ਹੋਣੀ ਚਾਹੀਦੀ ਤੁਹਾਡੀ ਬੋਡੀ ਦੇ ਨਾਲ ਕਿ ਐਡਜਸਟਮੈਂਟ ਹੋਣੀ ਚਾਹੀਦੀ ਐਡਜਸਟ ਕਰੇ ਅਤੇ ਬਾਕੀ ਇਹ ਵੀ ਕਿ ਕੁਛ ਬੰਦੇ ਭਲਵਾਨ ਵੀ ਕੁਛ ਆਪਣਾ ਯੂਜ਼ ਕਰਦੇ ਨੇ ਮਗਰ ਉਹਨਾਂ ਦਾ ਜਿਹੜਾ ਨਤੀਜਾ ਭੈੜਾ ਹੈ ਯਾਨੀ ਉਹ ਸਾਲ ਦੋ ਸਾਲ ਤੱਕ ਕਰਨਗੇ ਉਸ ਤੋਂ ਬਾਅਦ ਖਤਮ ਹੋ ਜਾਣਗੇ ਆਪਣੇ ਆਪ ਨੂੰ ਕੋਈ ਨਾ ਕੋਈ ਪ੍ਰੋਬਲਮ ਕੋਈ ਜਿਸਮ ਦੇ ਵਿੱਚ ਐਸੀ ਬਿਮਾਰੀ ਲੱਗ ਰਿਹਾ ਕਿ ਜਿਹਦੇ ਨਾਲ ਕੋਈ ਜਾਨ ਵੀ ਜਾ ਸਕਦੀ ਤਾਂ ਬੜੇ ਬੰਦਿਆਂ ਦੀ ਜਾਨਾਂ ਗਈਆਂ ਨੇ ਇੰਡੀਆ ਦੇ ਭਲਵਾਨਾਂ ਨੇ ਕੀਤੀਆਂ ਨੇ ਬੜੇ ਭਲਵਾਨ ਮਰ ਗਏ ਨੇ ਜਵਾਨੀ ਦੀ ਹਾਲਤ ਵਿੱਚ ਮਤਲਬ ਬਿਲਕੁਲ ਜਵਾਨ ਸਨ ਕੋਈ ਪਰ ਬਿਮਾਰੀ ਨਹੀਂ ਸੀ ਮੈਡੀਸਨ ਖਾਧੀ ਮਰ ਗਏ ਪਾਕਿਸਤਾਨ ਵੀ ਤਿੰਨ ਚਾਰ ਭਲਵਾਨ ਡੈਥ ਹੋਈ ਹੈ ਅੱਛਾ ਬਾਟ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਮੁਲਕ ਤੋਂ ਬਾਹਰ ਤੁਸੀਂ ਮਾਸ਼ਾਅੱਲਾ ਕਾਫੀ ਤੁਹਾਡਾ ਨਾਮ ਹੈ ਅਤੇ ਉਹਨਾਂ ਦਾ ਕੀ ਸੀਨ ਹੈ ਉਹ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ ਦੇਸੀ ਟਾਈਪ ਦੀ ਜਾਂ ਉਹਨਾਂ ਦਾ ਕੁਛ ਹੋਰ ਹੁੰਦਾ ਨਹੀਂ ਜਿਹੜੀ ਸਾਡੀ ਹੈ ਦੇਸੀ ਕੁਸ਼ਤੀ ਹੈ ਇਹਦੀ ਟ੍ਰੇਨਿੰਗ ਸਿਰਫ ਪਾਕਿਸਤਾਨ ਇੰਡੀਆ ਦੇ ਵਿੱਚ ਇਹ ਇੱਕੋ ਹੀ ਤਰੀਕਾਕਾਰ ਯਾਨੀ ਏਸ਼ੀਆ 'ਚ ਹੀ ਇਹ ਮਤਲਬ ਬਰਸਗੀਰ ਦੇ ਵਿੱਚ ਸਾਡਾ ਇੱਕੋ ਹੀ ਤਰੀਕਾਕਾਰ ਹੈ ਸਦੀਆਂ ਤੋਂ ਦੇਸੀ ਕੁਸ਼ਤੀ ਦਾ ਜਿਹੜੀ ਮਿੱਟੀ ਦੇ ਪਿੱਛੇ ਕਰ ਰਹੇ ਨੇ ਸਾਰੇ ਭਲਵਾਨ ਅਤੇ ਇਹ ਤਰੀਕਾਕਾਰ ਇੰਡੀਆ ਪਾਕਿਸਤਾਨ ਹੈ ਸਿਰਫ ਜਿਹੜੀ ਮੈਟ ਦੀ ਕੁਸ਼ਤੀ ਹੈ ਓਲੰਪਿਕ ਦੇ ਵਿੱਚ ਖੇਡੀ ਜਾਂਦੀ ਹੈ ਉਹਦਾ ਤਰੀਕਾਕਾਰ ਯੂਰਪ ਦਾ ਵੀ ਲਈਦਾ ਈਰਾਨ ਦਾ ਵੀ ਲਈਦਾ ਤੁਰਕੀ ਦਾ ਵੀ ਲਈਦਾ ਰਸ਼ੀਆ ਦਾ ਵੀ ਪਰ ਸਾਡਾ ਆਪਣਾ ਜਿਹੜਾ ਦੇਸੀ ਹੈ ਇਹਨੂੰ ਵੀ ਮਿਲਾ ਕੇ ਅਸੀਂ ਇਹਨੂੰ ਜਿਹੜਾ ਨਾ ਚਲਾਉਂਦੇ ਹਾਂ ਆਪਾਂ ਅੱਛਾ ਜਿਹੜੇ ਉਹ ਬਾਹਰ ਦੇ ਪਹਿਲਵਾਨ ਨੇ ਜਿਨ੍ਹਾਂ ਨਾਲ ਤੁਸੀਂ ਮੁਕਾਬਲੇ ਕਰਦੇ ਹੋ ਉਹ ਇਹਨਾਂ ਚੀਜ਼ ਸਾਡੇ ਦੇਸੀ ਅਖਾੜਿਆਂ 'ਚ ਆ ਕੇ ਐਡਜਸਟ ਕਰ ਸਕਦੇ ਨੇ ਜਾਂ ਸਾਡੇ ਵਾਲੇ ਤਾਂ ਉੱਥੇ ਜਾ ਕੇ ਕਰ ਲੈਂਦੇ ਨੇ ਇਹ ਤਾਂ ਸਾਨੂੰ ਪਤਾ ਹੈ ਅਲਹਮਦੁਲਿਲਾ ਉਹ ਕਿਆ ਕਰ ਸਕਦੇ ਨੇ ਇੱਥੇ ਆ ਕੇ ਦੇਖੋ ਜੀ ਇਹ ਜਿਹੜੇ ਅਸੀਂ ਇੰਡੀਆ ਦੰਗਲ ਘੁਲੇ ਨੇ ਮਿੱਟੀ ਦੇ ਉੱਤੇ ਉੱਥੇ ਬਾਹਰ ਦੇ ਭਲਵਾਨ ਵੀ ਆਏ ਨੇ ਮਗਰ ਉਹ ਬਹੁਤ ਘੱਟ ਮਿੱਟੀ ਦੇ ਉੱਚੇ ਆਪਣੇ ਪੈਰ 'ਚ ਮਾਰ ਸਕਦੇ ਉਹ ਵਰਲਡ ਚੈਂਪੀਅਨ ਵੀ ਹੋਏਗਾ ਨਾ ਇੱਥੇ ਆ ਕੇ ਸਾਡੇ ਇੱਕ ਨੈਸ਼ਨਲ ਪਲੇਅਰ ਦੇ ਨਾਲ ਉਹਦੀ ਬੜੀ ਸਖਤ ਕੁਸ਼ਤੀ ਹੋਏਗੀ ਭਾਵੇਂ ਮੈਟ ਦੇ ਉੱਤੇ ਵਰਲਡ ਚੈਂਪੀਅਨ ਹੈ ਅਤੇ ਇੱਥੇ ਆ ਕੇ ਜਿਹੜਾ ਨਾ ਜੰਗ ਜਾਂ ਫੜਨਾ ਉਹਨੂੰ ਥੱਲੇ ਬਿਠਾਉਣਾ ਬੜਾ ਫਰਕ ਪੈ ਜਾਂਦਾ ਇਹਦੇ 'ਚ ਅੱਛਾ ਇਹਦੇ ਵਿੱਚ ਮੈਂ ਦੇਖਿਆ ਕਿ ਆ ਜਿਹੜਾ ਲੰਗੋਟ ਇਹਨੂੰ ਪਹਿਲਵਾਨੀ ਦਾ ਹੁੰਦਾ ਇਹਦੇ ਵਾਸਤੇ ਕੀ ਕੋਈ ਸਪੈਸ਼ਲ ਬਣਿਆ ਹੁੰਦਾ ਜਾਂ ਕੀ ਬਣਿਆ ਬਣਾਇਆ ਮਿਲਦਾ ਨਹੀਂ ਬਣਿਆ ਬਣਾਇਆ ਜਿਹੜਾ ਲੰਗੋਟ ਉਹ ਤਾਂ ਜੰਗੀਆ ਪਾਇਆ ਇਹਨੂੰ ਜੰਗੀਆ ਕਹਿੰਦੇ ਨੇ ਅੱਛਾ ਜੰਗੀਆ ਇਹ ਸਪੈਸ਼ਲ ਬਣਵਾਉਣਾ ਪੈਂਦਾ ਇਹਦਾ ਸਪੈਸ਼ਲ ਕੱਪੜਾ ਦੇ ਡੋਰੀਆਂ ਘੁਮਾਈਦੀਆਂ ਨੇ ਹਰ ਬੰਦੇ ਦੇ ਪੱਟ ਦੇ ਸਾਈਜ਼ ਦੇ ਮੁਤਾਬਕ ਬਣਦਾ ਸਹੀ ਸਹੀ ਕਿਉਂਕਿ ਕੋਈ ਹੱਥ ਪਾਉਂਦੇ ਨੇ ਖਿੱਚਦੇ ਨੇ ਫੜ ਕੇ ਢਾਉਂਦੇ ਨੇ ਅਤੇ ਤਾਂ ਕਿ ਹੱਥ ਨਾ ਪੈ ਸਕੇ ਜੀ 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 ਇਹ ਤਾਂ ਬੜੀ ਮਜ਼ਬੂਤ ਅਤੇ ਬੜੀ ਸਪੈਸ਼ਲ ਚੀਜ਼ ਬਣਾਉਣੀ ਪੈਂਦੀ ਆਮ ਬੰਦੇ ਨੂੰ ਇਹਦਾ ਪਤਾ ਵੀ ਨਹੀਂ ਕਿਵੇਂ ਬਣਾਈ ਜੀ ਜੀ ਬਿਲਕੁਲ ਐਸੀ ਜ਼ਾਹਿਰ ਹੈ ਜੀ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੂੰ ਸੱਜਦਾ ਹਕੂਮਤ ਵੱਲੋਂ ਇਹ ਚੀਜ਼ ਨੂੰ ਕਿੰਨਾ ਕੁ ਪ੍ਰਮੋਟ ਕੀਤਾ ਜਾਂਦਾ ਜਾਂ ਕੀ ਉਹਦੇ ਬਾਰੇ ਕੋਈ ਅਲਾਉਂਸ ਦਿੱਤਾ ਜਾਂਦਾ ਜਾਂ ਅਖਾੜਾ ਜਿੱਦਾਂ ਦਾ ਬਣਿਆ ਹੁੰਦਾ ਉਹਨਾਂ ਨੂੰ ਕੁਛ ਫੰਡ ਵਗੈਰਾ ਮਿਲਦੇ ਨੇ ਹਕੂਮਤ ਵੱਲੋਂ ਨਹੀਂ ਹਕੂਮਤ ਵੱਲੋਂ ਬਿਲਕੁਲ ਕੋਈ ਸਪੋਰਟ ਨਹੀਂ ਹੁੰਦੀ ਇਹਨੂੰ ਸਾਰੇ ਅਖਾੜੇ ਆਪਣੀ ਮਦਦ ਆਪਦੇ ਤਹਿਤ ਚਲਾਉਂਦੇ ਨੇ ਅਤੇ ਇਹੀ ਮੈਂ ਅਰਜ਼ ਕੀਤਾ ਕਿ ਗੌਰਮੈਂਟ ਨੂੰ ਚਾਹੀਦਾ ਇਸ ਫੰਡ ਨੂੰ ਕਿਉਂਕਿ ਸਾਰੇ ਦੁਨੀਆ ਦਾ ਕਦੀਮ ਤਰੀਨ ਫੰਨ ਹੈ ਪਹਿਲਵਾਨੀ ਜਿਹੜਾ ਇਹਨੂੰ ਜ਼ਿੰਦਾ ਰੱਖਣ ਵਾਸਤੇ ਗੌਰਮੈਂਟ ਨੂੰ ਕੁਛ ਇਕਦਾਮ ਕਰਨੇ ਪੈਣਗੇ ਜਿਹਦੇ ਅਖਾੜਿਆਂ ਨੂੰ ਨਵੇਂ ਸਿਰੇ ਤੋਂ ਤਮੀਰ ਕੀਤਾ ਜਾਏ ਅਖਾੜਿਆਂ ਦੇ ਬੈਠੇ ਜਿਹੜੇ ਖਲੀਫੇ ਨੇ ਉਹਨਾਂ ਦੇ ਵਜ਼ੀਫੇ ਲਾਏ ਜਾਣ ਜਿਹੜੇ ਯੰਗ ਦੇ ਆਪਣਾ ਅੱਛੇ ਪਹਿਲਵਾਨ ਬਣਨ ਵਾਲੇ ਬੱਚੇ ਨੇ ਉਹਨਾਂ ਦੇ ਵਜ਼ੀਫੇ ਲਾਏ ਜਾਣ ਤਾਂ ਕਿ ਇਹ ਫੰਡ ਜ਼ਿੰਦਾ ਰਹਿ ਸਕੇ ਅਗਰ ਕਿਸੇ ਦੀ ਕੋਈ ਮਾਲੀ ਪਰੇਸ਼ਾਨੀ ਹੈ ਕਿਸੇ ਬੱਚੇ ਦੀ ਆਪਣਾ ਦੁੱਧ ਪੀਣ ਤੋਂ ਭਲਵਾਨੀ ਨਹੀਂ ਕਰ ਸਕਦਾ ਟ੍ਰੇਨਿੰਗ ਕਰਨ ਨੂੰ ਸ਼ੌਕ ਬਹੁਤ ਹੈ ਮਤਲਬ ਉਹ ਵਸਾਇਲ ਨਹੀਂ ਹੈ ਦੁੱਧ ਪੀਣ ਦੇ ਖਾਣ ਪੀਣ ਦੇ ਅਤੇ ਉਹਨਾਂ ਬੱਚਿਆਂ ਦੇ ਵਜ਼ੀਫੇ ਲਾਏ ਗੌਰਮੈਂਟ ਤਾਂ ਕਿ ਇਹ ਆਉਣ ਵਾਲੇ ਵਕਤ ਦੇ ਵਿੱਚ ਪਾਕਿਸਤਾਨ ਵਾਸਤੇ ਬਾਹਰ ਮੁਲਕਾਂ ਜਾ ਕੇ ਨੁਮਾਇੰਦਗੀ ਕਰਕੇ ਪਾਕਿਸਤਾਨ ਦੇ ਮੈਡਲ ਜਿੱਤ ਸਕਣ ਅੱਛਾ ਮੁਲਕੋਂ ਬਾਹਰ ਜਿਹੜਾ ਤੁਸੀਂ ਲਖਨਊ ਦੇ ਵਿੱਚ ਤੁਹਾਡਾ ਮੈਂ ਦੇਖਿਆ ਪ੍ਰੋਗਰਾਮ ਤੁਹਾਡਾ ਯੂਟਿਊਬ 'ਤੇ ਉਸ ਤੋਂ ਬਾਅਦ ਕਾਫੀ ਮਾਸ਼ਾਅੱਲਾ ਤੁਸੀਂ ਕੀਤੇ ਨੇ ਅਤੇ ਹੋਰ ਕੋਈ ਆਪਣਾ ਦੱਸੋ ਜਿਹੜਾ ਤੁਸੀਂ ਨੈਕਸਟ ਤੁਹਾਡਾ ਪਲੈਨ ਹੈ ਕੋਈ ਵੱਡਾ ਕੋਈ ਪਲੈਨ ਪਾਕਿਸਤਾਨ ਟੀਮ ਦੇ ਨਾਲ ਤਕਰੀਬਨ 55 ਕੁ ਮੁਲਕਾਂ ਬੈਨ ਅਲਾਕਵਾਮੀ ਤੌਰ 'ਤੇ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਹੈ ਇੰਡੀਆ 'ਚ ਬਹੁਤ ਜ਼ਿਆਦਾ ਸ਼ਹਿਰ ਹੈ ਜੇ ਬੰਬੇ ਪੂਨਾ ਕੋਲਹਾਪੁਰ ਅੰਮ੍ਰਿਤਸਰ ਜਲੰਧਰ ਦਿੱਲੀ ਲਖਨਊ ਨਾਗਪੁਰ ਆਪਣਾ ਨਾਸਕ ਬੇਸ਼ੁਮਾਰ ਸ਼ਹਿਰਾਂ ਦੇ ਕੁਸ਼ਤੀਆਂ ਘੁਲੀਆਂ ਨੇ ਅਤੇ ਅੱਗੋਂ ਸਾਡੇ ਬੱਚੇ ਜਿਹੜੇ ਨੇ ਸਾਡੇ ਉਹਨਾਂ ਨੂੰ ਅਸੀਂ ਇਹੀ ਤਰਬੀਅਤ ਦਿੰਦੇ ਹਾਂ ਕਿ ਤੁਸੀਂ ਵੀ ਆਉਣ ਵਾਲੇ ਵਕਤ ਪਾਕਿਸਤਾਨ ਦਾ ਨਾਮ ਰੋਸ਼ਨ ਕਰੋ ਵਰਲਡ ਦੇ 'ਚ ਓਲੰਪਿਕ 'ਚੋਂ ਮੈਡਲ ਲਵੋ ਤਾਂ ਕਿ ਪਾਕਿਸਤਾਨ ਦੀ ਜਿਹੜੀ ਪਹਿਚਾਣ ਹੈ ਪਹਿਲਵਾਨੀ ਇਹਦੇ ਜ਼ਰੀਏ ਅਸੀਂ ਦੱਸ ਸਕੀਏ ਆਵਾਮ ਨੂੰ ਕਿ ਪਾਕਿਸਤਾਨ ਦੇ ਪਹਿਲਵਾਨ ਮੌਜੂਦ ਨੇ ਜਿਹੜੇ ਅੱਜ ਵੀ ਬੈਨ ਅਲਾਕਵਾਮੀ ਮੁਕਾਬਲਿਆਂ ਜਾ ਕੇ ਪਾਕਿਸਤਾਨ ਦਾ ਨਾਮ ਮੈਡਲ ਜਿੱਤ ਕੇ ਪਾਕਿਸਤਾਨ ਦਾ ਨਾਮ ਰੋਸ਼ਨ ਕਰ ਅੱਛਾ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੌਰ ਚੱਲ ਰਿਹਾ ਪਾਕਿਸਤਾਨ ਇੰਡੀਆ ਦਾ ਜੋ ਵੀ ਆਉਣਾ ਜਾਣਾ ਥੋੜ੍ਹਾ ਮੁਸ਼ਕਿਲ ਹੋਇਆ ਅਤੇ ਇਹਦੇ ਵਿੱਚ ਪਹਿਲਵਾਨੀ ਦੇ ਨਾਲ ਕੋਈ ਅਸਰ ਪੈਂਦਾ ਕਿ ਨਹੀਂ ਬੜਾ ਅਸਰ ਪਿਆ ਬਿਲ ਵੇਖੋ ਜੀ ਅਸੀਂ ਸਾਲ ਪਹਿਲਾਂ 4-5 ਦਿਨ ਇੰਡੀਆ ਜਾ ਕੇ ਦੰਗਲ ਖੇਡਦੇ ਹਾਂ ਦੰਗਲ ਹੁੰਦੇ ਸਨ ਸਾਡੇ ਉਹ ਜਦੋਂ ਦੀ ਆ ਮੋਦੀ ਦੀ ਗੌਰਮੈਂਟ ਆਈ ਉਸ ਤੋਂ ਬਾਅਦ ਸਾਡਾ ਉੱਥੇ ਕਲੋਜ਼ ਹੋ ਗਿਆ ਉਹ ਬਿਲਕੁਲ ਦੰਗਲ ਨਹੀਂ ਉੱਥੇ ਹੋ ਸਕੇ ਅੱਜ ਅੱਗੇ ਇੰਡੀਅਨ ਆਵਾਮ ਬਹੁਤ ਜ਼ਿਆਦਾ ਚਾਹੁੰਦੀ ਹੈ ਕਿ ਅਸੀਂ ਉੱਥੇ ਆਈਏ ਪਾਕਿਸਤਾਨ ਦੇ ਭਲਵਾਨ ਹੋਣ
ਅਤੇ ਉੱਥੇ ਸ ਕੁਸ਼ਤੀਆਂ ਸਾਨੂੰ ਆਗਮ ਹਨ ਉੱਥੇ ਜਦੋਂ ਜਾਂਦੇ ਹਾਂ ਲੱਖ ਲੱਖ ਬੰਦਾ ਸਾਨੂੰ ਵੇਖਣ ਆਉਂਦਾ ਸੀ ਅਤੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਪਹਿਲਵਾਨੀ ਉੱਥੇ ਪਸੰਦ ਕਰਦੇ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਆਰਟ ਨੂੰ ਵੀ ਉੱਥੇ ਬੈਨ ਕੀਤਾ ਗਿਆ ਇਸ ਤਰ੍ਹਾਂ ਪਹਿਲਵਾਨੀ ਦਾ ਵੀ ਪਹਿਲਵਾਨੀ ਬੈਨ ਬਸ ਨਹੀਂ ਅਸੀਂ 8 ਸਾਲ ਹੋ ਗਏ ਨੇ 9 ਸਾਲ ਨਹੀਂ ਜਾ ਸਕੇ ਇੰਡੀਆ ਦੇ ਵਿੱਚ ਅਤੇ ਬੜਾ ਬੜਾ ਹਾਂਜੀ ਬੜੀ ਉੱਥੋਂ ਦੀ ਆਵਾਮ ਜਿਹੜੀ ਉੱਥੋਂ ਦੇ ਜਿਹੜੇ ਲੋਕ ਨੇ ਪਹਿਲਵਾਨ ਜਿਹੜੇ ਨੇ ਸਾਡੇ ਦੋਸਤ ਨੇ ਸਾਡੇ ਨਾਲ ਖੇਡਦੇ ਰਹੇ ਨੇ ਸਾਡੇ ਨਾਲ ਬਾਹਰ ਮੁਲਕਾਂ 'ਚ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ ਉਹ ਬਹੁਤ ਜ਼ਿਆਦਾ ਇਸਰਾਰ ਕਰ ਦੇਣਗੇ ਤੁਸੀਂ ਇੱਥੇ ਆਓ ਮਗਰ ਹਾਲਾਤ ਦੀ ਬਣਾ ਅਸੀਂ ਉੱਥੇ ਨਹੀਂ ਜਾ ਹਾਂ ਮਗਰ ਹਕੂਮਤ ਨੂੰ ਚਾਹੀਦਾ ਕਿ ਇਹਦੇ ਬਾਰੇ ਕੋਈ ਐਸਾ ਰਸਤਾ ਕੱਢਿਆ ਜਾਏ ਕਿ ਸਪੋਰਟ ਨੂੰ ਫਰੋਗ ਮਿਲ ਸਕੇ ਬਹੁਤ ਸ਼ੁਕਰੀਆ ਉਮਰ ਭੱਟ ਸਾਹਿਬ ਤੁਸੀਂ ਸਾਡੇ ਨਾਲ ਸੋ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਬੜਾ ਅੱਛਾ ਲੱਗਿਆ ਤੁਹਾਨੂੰ ਵੀ ਉਮੀਦ ਹੈ ਕਿ ਬੜਾ ਅੱਛਾ ਲੱਗਿਆ ਹੋਗਾ ਅੱਛਾ ਜੋ ਬੜੀ ਇਨਫੋਰਮੇਸ਼ਨ ਮਿਲੀ ਹੋਏਗੀ ਤੁਹਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਅੱਲਾ ਹਾਫਿਜ਼ ਅਤੇ ਥੈਂਕ ਯੂ ਸੋ ਮਚ